ਹੈਲੋ ਫਰੈਂਡਸ, ਮੈਂ ਹਰਪਿੰਦਰ ਕੌਰ, ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਅੱਜ ਆਪਣੀ ਵਕੈਬ ਦੀ ਕਲਾਸ ਹੈ। ਵਕੈਬ ਦੀ ਕਲਾਸ ਤੋਂ ਬਾਅਦ ਤੁਹਾਨੂੰ ਲਿਸਨਿੰਗ ਦੇ ਐਮਸੀ ਕੁਐਸਚਨਸ ਮਿਲਣਗੇ ਇਸ ਤੋਂ ਨੈਕਸਟ ਕਲਾਸ ਦੇ ਵਿੱਚ। ਵਕੈਬ ਤੋਂ ਨੈਕਸਟ ਕਲਾਸ ਜਿਹੜੀ ਤੁਹਾਨੂੰ ਲਿਸਨਿੰਗ ਦੇ ਐਮਸੀ ਕਿਊ ਕੁਐਸਚਨਸ 'ਤੇ ਹੀ ਮਿਲੂਗੀ। ਜਿਹੜੇ ਅੱਜ ਮੈਂ ਤੁਹਾਨੂੰ ਵਕੈਬ ਵਰਡਸ ਕਰਾਉਣ ਜਾ ਰਹੀ ਹਾਂ, ਉਹ ਵਕੈਬ ਵਰਡਸ 5, ਟੋਟਲ 5 ਵਕੈਬ ਵਰਡਸ ਕਰਾਉਂਗੀ, ਬਟ ਉਹਨਾਂ ਦੇ ਮੈਂ ਸੈਂਟੈਂਸ ਵੀ ਬਣਾਉਂਗੀ। ਸੋ ਉਹਨਾਂ ਸੈਂਟੈਂਸ ਦੇ ਵਿੱਚ ਤੁਹਾਨੂੰ ਹੋਰ ਨਿਊ ਵਰਡਸ ਸਿੱਖਣ ਨੂੰ ਮਿਲਣਗੇ, ਠੀਕ ਹੈ ਜੀ। ਸੋ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਫਸਟ ਵਰਡ ਲਿਖਿਆ ਅਥੋਰਿਟੀਜ਼। ਅਥੋਰਿਟੀਜ਼ ਹੁੰਦੇ ਆ ਉੱਚ ਅਧਿਕਾਰੀ, ਠੀਕ ਹੈ। ਆਪਾਂ ਗਵਰਨਮੈਂਟ ਦੀ ਜਗ੍ਹਾ ਵਰਡ ਯੂਜ਼ ਕਰ ਸਕਦੇ ਹਾਂ ਅਥੋਰਿਟੀਜ਼। ਸੈਂਟੈਂਸ ਕਿੱਦਾਂ ਬਣਾ ਸਕਦੇ ਹਾਂ? ਅਥੋਰਿਟੀਜ਼ ਬਿਲੀਵ ਦੈਟ, ਕੀ ਬਿਲੀਵ ਕਰਦੀਆਂ ਨੇ? ਪੋਇਜ਼ਨਿੰਗ, ਕਹਿੰਦੇ ਜ਼ਹਿਰ, ਪੋਇਜ਼ਨ ਹੁੰਦਾ ਆਪਣਾ ਜ਼ਹਿਰ। ਵਾਜ਼ ਕੌਜ਼ਡ, ਕੌਜ਼ਡ ਰੀਜ਼ਨ ਦੀ ਜਗ੍ਹਾ ਲਿਖਿਆ ਵਾਜ਼ ਕੌਜ਼ਡ ਬਾਏ ਦਾ ਪੋਰਟੇਬਲ ਜਨਰੇਟਰ। ਕਹਿੰਦੇ ਕਿੱਥੋਂ, ਕਹਿੰਦੇ ਪੋਇਜ਼ਨ ਹੋਈ ਜਿਹੜੀ ਪੋਰਟੇਬਲ ਜਨਰੇਟਰ। ਹੁਣ ਪੋਰਟੇਬਲ ਵਰਡ ਵੀ ਇੱਥੇ ਨਿਊ ਵਰਡ ਹੈ। ਪੋਰਟੇਬਲ ਹੁੰਦਾ ਜਿਹੜੇ ਕੋਈ ਵੀ ਚੀਜ਼ ਈਜ਼ੀ ਮੂਵ ਹੋ ਜਾਵੇ, ਜਿਹੜੀ ਚੀਜ਼ ਨੂੰ ਇੱਕ ਜਗ੍ਹਾ ਤੋਂ ਚੱਕ ਕੇ ਦੂਜੀ ਜਗ੍ਹਾ ਲਿਜਾਇਆ ਜਾ ਸਕੇ, ਉਹਨੂੰ ਆਪਾਂ ਬੋਲਦੇ ਹਾਂ ਪੋਰਟੇਬਲ, ਠੀਕ ਹੈ। ਸੋ ਇਹ ਪੋਰਟੇਬਲ ਵਰਡ ਤੁਸੀਂ ਕਿਤੇ ਹੋਰ ਵੀ ਯੂਜ਼ ਕਰ ਸਕਦੇ ਹੋ। ਕੌਜ਼ਡ ਵਰਡ ਕਿਤੇ ਹੋਰ ਯੂਜ਼ ਕਰ ਸਕਦੇ ਹੋ। ਪੋਇਜ਼ਨਿੰਗ ਨਵਾਂ ਵਰਡ ਯੂਜ਼ ਕਰ ਸਕਦੇ ਹੋ, ਠੀਕ ਹੈ। ਸੈਕਿੰਡ ਵਰਡ ਹੈ ਕਲਸਟਰ ਆਫ। ਹੁਣ ਕਲਸਟਰ ਆਫ ਆਪਾਂ ਸਪੀਕਿੰਗ 'ਚ ਵੀ ਯੂਜ਼ ਕਰ ਸਕਦੇ ਹਾਂ, ਕਲਸਟਰ ਆਫ ਆਪਾਂ ਰਾਈਟਿੰਗ 'ਚ ਵੀ ਯੂਜ਼ ਕਰ ਸਕਦੇ ਹਾਂ। ਸੋ ਕਲਸਟਰ ਆਫ ਹੁੰਦਾ ਮੀਨਿੰਗ ਇਜ਼ ਦਾ ਸਮੂਹ, ਠੀਕ ਹੈ। ਆਪਾਂ ਸਮੂਹ ਦੇ ਲਈ ਯੂਜ਼ ਕਰਦੇ ਹਾਂ। ਫੋਰ ਐਗਜ਼ਾਮਪਲ, ਜਿਵੇਂ ਮੈਂ ਸੈਂਟੈਂਸ ਬਣਾਇਆ ਹੈਲਥ ਓਫੀਸ਼ੀਅਲਸ। ਹੁਣ ਦੇਖੋ ਓਫੀਸ਼ੀਅਲਸ ਵੀ ਇੱਥੇ ਕਿਹਨਾਂ ਨੂੰ ਕਿਹਾ ਗਿਆ? ਵੀ ਜਿਹੜੀ ਹੈਲਥ ਅਧਿਕਾਰੀ ਨੇ, ਠੀਕ ਹੈ। ਓਫੀਸ਼ੀਅਲਸ ਵੀ ਇੱਥੇ ਗਵਰਨਮੈਂਟ ਨੂੰ ਹੀ ਕਿਹਾ ਗਿਆ। ਓਫੀਸ਼ੀਅਲਸ ਇਨ ਸਿਡਨੀ ਹੈਵ ਇਸ਼ੂਡ। ਹੁਣ ਇਸ਼ੂਡ ਵੀ ਕੀ ਹੈ ਇੱਥੇ? ਨਿਊ ਵਰਡ ਹੈ, ਜਾਰੀ ਕਰਨਾ, ਠੀਕ ਹੈ। ਜਾਰੀ ਕੀਤਾ, ਕਹਿੰਦੇ ਕਿ ਪਬਲਿਕ ਹੈਲਥ ਅਲਰਟਸ, ਅਲਰਟਸ ਜਾਰੀ ਕੀਤੇ ਗਏ ਨੇ ਆਫਟਰ ਆ ਕਲਸਟਰ ਆਫ, ਕਾਹਦੇ ਕਰਕੇ? ਕਰੋਨਾ ਵਾਇਰਸ ਕੇਸਿਸ, ਆਫਟਰ ਆ ਕਲਸਟਰ ਆਫ ਕਰੋਨਾ ਵਾਇਰਸ ਕੇਸਿਸ। ਜਦੋਂ ਮਤਲਬ ਕਿ ਤੁਸੀਂ ਜ਼ਿਆਦਾ ਦੀ ਗੱਲ ਕਰਨੀ ਹੋਵੇ, ਕਿਸੇ ਸਮੂਹ ਦੀ ਗਰੁੱਪ ਦੀ ਗੱਲ ਕਰਨੀ ਹੈ, ਤਾਂ ਆਪਾਂ ਵਰਡ ਲਿਖ ਸਕਦੇ ਹਾਂ ਕਲਸਟਰ ਆਫ ਕਰੋਨਾ ਵਾਇਰਸ ਕੇਸਿਸ, ਜਾਂ ਕਲਸਟਰ ਆਫ ਕੁਆਲਿਟੀਜ਼, ਕਿਸੇ ਦੇ ਵਿੱਚ ਜ਼ਿਆਦਾ ਕੁਆਲਿਟੀਜ਼ ਨੇ। ਸੋ ਇਸ ਤਰ੍ਹਾਂ ਤੁਸੀਂ ਕਲਸਟਰ ਆਫ ਵਰਡ ਦਾ ਯੂਜ਼ ਕਰ ਸਕਦੇ ਹੋ, ਠੀਕ ਹੈ ਫਰੈਂਡਸ। ਇਸ ਤਰ੍ਹਾਂ ਤੁਹਾਨੂੰ ਹੋਰ ਨਿਊ ਵਰਡਸ ਮਿਲਣਗੇ ਸਿੱਖਣ ਨੂੰ ਸੈਂਟੈਂਸਿਸ ਦੇ ਵਿੱਚ ਹੀ। ਸੋ ਨੈਕਸਟ ਕਰਦੇ ਹਾਂ ਹੁਣ। ਹੁਣ ਥਰਡ ਵਰਡ ਦੇਖੋ ਜੀ ਕੀ ਲਿਖਿਆ ਮੈਂ, ਡਿਜ਼ਾਸਟਰ। ਡਿਜ਼ਾਸਟਰ ਹੁੰਦਾ ਤਬਾਹੀ, ਮਤਲਬ ਕਿ ਕੁਦਰਤੀ ਕੁਛ ਵੀ, ਲਾਈਕ ਕੁਛ ਹੜ ਆ ਗਏ ਕੋਈ, ਠੀਕ ਹੈ, ਕੁਛ ਵੀ ਆ ਗਿਆ, ਕੋਈ ਵੀ ਤਬਾਹੀ ਹੋਣਾ, ਕੋਈ ਭੂਚਾਲ ਆਉਣਾ, ਉਹਨੂੰ ਬੋਲਦੇ ਹਾਂ ਡਿਜ਼ਾਸਟਰ। ਕੋਈ ਵੀ ਤਬਾਹੀ ਆਉਣੀ, ਜਿਵੇਂ ਫਲੱਡ ਆ ਜਾਣ, ਠੀਕ ਹੈ। ਸੋ ਐਨ ਇਨਕੁਆਇਰੀ ਇਨ ਟੂ ਦਾ ਰੀਸੈਂਟ। ਹੁਣ ਰੀਸੈਂਟ ਵਰਡ ਵੀ ਦੇਖੋ ਕਿੰਨਾ ਵਧੀਆ, ਰੀਸੈਂਟ। ਮੈਸਿਵ ਵੀ ਨਿਊ ਹੈ, ਮੈਸਿਵ। ਬੁਸ਼ ਫਾਇਰ, ਬੁਸ਼ ਫਾਇਰ ਕਹਿੰਦੇ ਬਹੁਤ ਜ਼ਿਆਦਾ ਅੱਗ ਲੱਗਣਾ, ਅੱਗ ਦਾ ਤੇਜ਼ੀ ਨਾਲ ਫੈਲਣਾ, ਬੁਸ਼ ਫਾਇਰ ਕਹਿੰਦੇ ਆਪਾਂ। ਮੈਸਿਵ ਬਹੁਤ ਜ਼ਿਆਦਾ, ਠੀਕ ਹੈ। ਰੀਸੈਂਟ ਹੁਣੇ ਹੁਣੇ, ਠੀਕ ਹੈ। ਡਿਜ਼ਾਸਟਰ ਇਨ ਆਸਟ੍ਰੇਲੀਆ, ਠੀਕ ਹੈ ਜੀ, ਹੁਣੇ ਹੁਣੇ ਹੋਇਆ ਸੀ ਇਹ ਡਿਜ਼ਾਸਟਰ ਆਸਟ੍ਰੇਲੀਆ ਦੇ ਵਿੱਚ। ਫੋਰੈਸਟ ਦੇ ਵਿੱਚ ਕੀ ਸੀ? ਅੱਗ ਲੱਗ ਗਈ ਸੀ ਜਿਹੜੀ ਕਿ ਤੇਜ਼ੀ ਨਾਲ ਬਹੁਤ ਇਨਕਰੀਜ਼ ਹੋ ਗਈ ਸੀ, ਠੀਕ ਹੈ। ਸੋ ਬੁਸ਼ ਫਾਇਰ ਉਸੇ ਨੂੰ ਕਿਹਾ ਜਾਂਦਾ, ਫੋਰੈਸਟ ਦੇ ਵਿੱਚ ਅੱਗ ਦਾ ਬਹੁਤ ਤੇਜ਼ੀ ਨਾਲ ਫੈਲਣਾ, ਠੀਕ ਹੈ। ਹੈਜ਼ ਫਾਊਂਡ ਦਾ ਕੰਟਰੀ ਸ਼ੁੱਡ ਐਕਸਪੈਕਟ ਵਰਸ ਇਨ ਦਾ ਈਅਰਸ ਟੂ ਕਮ, ਕਹਿੰਦੇ ਉਹਨਾਂ ਨੂੰ ਇਹ ਹੈ ਵੀ ਹੁਣ ਜਿਹੜੇ ਆਉਣ ਵਾਲੇ ਈਅਰਸ ਆ ਉਹਦੇ ਵਿੱਚ ਵੀ ਕੀ ਹੋਊਗੀ, ਉਹਨਾਂ ਦੀ ਕੰਡੀਸ਼ਨ ਕੀ ਹੋਊਗੀ? ਵਰਸ, ਵਰਸ ਹੁੰਦਾ ਬਹੁਤ ਬੁਰੀ ਕੰਡੀਸ਼ਨ, ਠੀਕ ਹੈ। ਸੋ ਇਹਦੇ ਵਿੱਚ ਦੇਖੋ ਹੁਣ ਤੁਹਾਨੂੰ ਇੱਕ ਡਿਜ਼ਾਸਟਰ ਵਰਡ ਤਾਂ ਮਿਲਿਆ ਹੀ ਨਿਊ, ਉਸ ਤੋਂ ਬਾਅਦ ਰੀਸੈਂਟ ਮਿਲ ਗਿਆ, ਮੈਸਿਵ ਮਿਲ ਗਿਆ, ਬੁਸ਼ ਫਾਇਰ ਮਿਲ ਗਿਆ, ਠੀਕ ਹੈ ਜੀ। ਸੋ ਉਸ ਤੋਂ ਬਾਅਦ ਵਰਸ ਵੀ, ਠੀਕ ਹੈ। ਸੋ ਇਹ ਵਰਡ ਐਕਸਪੈਕਟ ਵੀ ਤੁਸੀਂ ਵਰਡ ਜਿਹੜਾ ਯੂਜ਼ ਕਰ ਸਕਦੇ ਹੋ। ਸੋ ਕਿੰਨੇ ਸਾਰੇ ਵਰਡਸ ਹੋ ਗਏ ਜਿਹਨਾਂ ਦਾ ਆਪਾਂ ਯੂਜ਼ ਕਰ ਸਕਦੇ ਹਾਂ। ਸੈਂਟੈਂਸ ਮੈਂ ਤਾਂ ਕਹਿ ਰਹੀ ਹਾਂ ਕਿਉਂਕਿ ਤੁਹਾਡੇ ਵੱਲੋਂ ਹੀ ਕਮੈਂਟ ਆਇਆ ਸੀ ਵੀ ਸੈਂਟੈਂਸ ਵਿੱਚ ਸਮਝਾਇਆ ਜਾਵੇ, ਠੀਕ ਹੈ। ਸੋ ਅਪਸਰਜ, ਅਪਸਰਜ ਹੁੰਦਾ ਇਨਕਰੀਜ਼ ਹੋਣਾ ਕਿਸੇ ਵੀ ਚੀਜ਼ ਦਾ। ਇਹ ਟਾਸਕ 1 'ਚ ਵੀ ਵਰਡ ਯੂਜ਼ ਕਰ ਸਕਦੇ ਹੋ, ਟਾਸਕ 2 'ਚ ਤਾਂ ਕਰ ਹੀ ਸਕਦੇ ਹੋ, ਠੀਕ ਹੈ। ਸਪੀਕਿੰਗ 'ਚ ਵੀ ਈਵਨ ਕਰ ਸਕਦੇ ਹੋ, ਠੀਕ ਹੈ। ਐਨ ਅਪਸਰਜ ਆਫ ਕੋਵਿਡ-19 ਇਨ ਮੈਨੀ ਰੂਰਲ ਏਰੀਆਜ਼। ਹੁਣ ਰੂਰਲ ਏਰੀਆਜ਼ ਕਿਹੜੇ ਹੁੰਦੇ? ਜਿਹੜੇ ਸ਼ਹਿਰ ਤੋਂ ਬਹੁਤ ਦੂਰ ਹੋਣ, ਕੰਟਰੀ ਸਾਈਡ ਨੂੰ ਕਹਿ ਦਿੰਦੇ ਆਪਾਂ, ਠੀਕ ਹੈ। ਕੰਟੀਨਿਊਜ਼ ਟੂ ਬੀ ਅ ਮੇਜਰ ਕੰਸਰਨ। ਮੇਜਰ ਕੰਸਰਨ ਕੀ ਹੈ? ਮੇਜਰ ਪ੍ਰੋਬਲਮ। ਮੇਜਰ ਵਰਡ ਵੀ ਨਿਊ ਆ ਗਿਆ। ਅਪਸਰਜ ਦਾ ਮੀਨਿੰਗ ਇਨਕਰੀਜ਼ ਹੋਣਾ, ਇਹਨਾਂ ਨੇ ਕੀ ਕਿਹਾ? ਐਨ ਅਪਸਰਜ ਆਫ ਕੋਵਿਡ-19 ਇਨ ਮੈਨੀ ਰੂਰਲ ਏਰੀਆਜ਼ ਕੰਟੀਨਿਊਜ਼ ਟੂ ਬੀ ਅ ਮੇਜਰ ਕੰਸਰਨ। ਜਿਹੜਾ ਕਹਿੰਦੇ ਕੋਵਿਡ ਹੈ ਜਿਹੜਾ ਵੱਧਦਾ ਜਾ ਰਿਹਾ, ਉਹ ਇੱਕ ਕੀ ਹੈ? ਮੇਜਰ ਕੰਸਰਨ ਬਣਦਾ ਜਾ ਰਿਹਾ, ਮੇਜਰ ਪ੍ਰੋਬਲਮ ਬਣਦੀ ਜਾ ਰਹੀ ਹੈ, ਠੀਕ ਹੈ। ਸੋ ਪ੍ਰੋਬਲਮ ਦੀ ਜਗ੍ਹਾ ਕੰਸਰਨ ਲਿਖ ਸਕਦੇ ਹੋ, ਰੂਰਲ ਵਰਡ ਯੂਜ਼ ਕਰ ਸਕਦੇ ਹੋ, ਠੀਕ ਹੈ ਜੀ। ਫਿਰ ਮੇਜਰ ਵਰਡ ਯੂਜ਼ ਹੋ ਗਿਆ, ਅਪਸਰਜ ਤਾਂ ਤੁਹਾਨੂੰ ਮੈਂ ਦੱਸਿਆ ਹੀ ਹੈ, ਠੀਕ ਹੈ। ਹੁਣ ਇੱਕ ਵਰਡ ਹੋਰ ਹੈ ਜਿਹਦੇ ਵਿੱਚ ਇੱਕ ਦੋ ਵਰਡ ਤੁਹਾਨੂੰ ਹੋਰ ਨਿਊ ਮਿਲਣਗੇ।
ओके जी, हम अपना फिफ्थ वोकैबवर्ड की है प्रोटेस्ट। प्रोटेस्ट होंगे विरोध करना, ठीक है जी। जिमें कि ऑब्जैक्शन टू समथिंग, किसी के प्रति तुम ऑब्जैक्शन दिखाई, विरोध करना, ठीक है। ऑपोजिट होना। मैनी स्ट्रीट्स, स्ट्रीट्स आप गलियां कहने, यह वर्ड जोड़ा स्ट्रीट्स है थोड़ा लिसनिंग मोस्टली मिल जाता है। मैनी स्ट्रीट्स वर ब्लॉक ऑफ, ब्लॉक ऑफ मतलब की है, उन्होंने की कर दिता गया, ब्लॉक बिल्कुल रोक दिता गया है, ठीक है, बिल्कुल क्लोज कर दिता गया, ब्लॉक करना, क्लोज करना, ठीक है। बाय पुलिस टू ट्राई टू प्रिवेंट पीपल, प्रिवेंट पीपल मतलब कि लोगों को बचाने के लिए, रीचिंग द मेन प्रोटेस्ट एरिया, ठीक है। पुलिस द्वारा कहते रोड्स नू की है, स्ट्रीट्स नू की है, ब्लॉक ऑफ कर दिता गया, ठीक है। सो हुण आ ब्लॉक ऑफ वर्ड भी न्यू है, ब्लॉक जिवें फोन चो ब्लॉक कर देना उस तरह भी दूस, इहदा मतलब भी इत्थे की है, क्लोज कर दिता गया। सो प्रिवेंट हुंदा बचाउणा, सो इहदे विच प्रोटेस्ट वर्ड तां मिले ही थोनू न्यू। नैक्सट स्ट्रीट्स, ठीक है, ब्लॉक ऑफ, दैन प्रिवेंट, ठीक है जी। सो इस तरह ये मैं थोड़ा फाइव वोकैबवर्ड्स कराए ने, जेडे तुसी राइटिंग दे विच भी यूज़ कर सकते हो, सारे का यूज़ होगा, ठीक है, राइटिंग दे विच भी, स्पीकिंग दे विच भी तुसी यूज़ कर सकते हो, ठीक है। फ्रेंड्स, ये सी अपनी आज दी छोटी सी जी क्लास, मैनू लगता थोनों सीखण नू बहुत कुछ मिलिया होगा। तो नैक्सट वीडियोज़ जिहड़ियां थोड़ियां लाइक तुसी कहा भी मोस्टली जिहड़ियां वीडियोज़ आउणगियां थोड़े कमेंट दे रिगार्डिंग ही बनाईयां जाणगियां, जिवें कि MCQ ते एक आया सीगा कमेंट, उहदे विच दस्सिया गया सी वी मैप ते बनाया जावे, मैप डिफिकल्ट है, सो मैप ते वी वीडियो बनाई जाऊगी टास्क 1 ते, ठीक है। फ्रेंड्स, मिलते हैं नवीं वीडियो दे नाल, बाय बाय, टेक केयर।